Yeah.
ਗੁਰੂ ਪਿਆਰੇ ਗੁਰੂ ਸਵਾਰੀ ਗੁਰੂ ਖਾਲਸਾ ਸਾਹਿਬ ਸਤਿ ਜੀ ਆਓ ਜਿੰਨੀਆਂ ਸੰਗਤਾਂ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੀਆਂ ਹਨ ਆਓ ਸਭ ਤੋਂ ਪਹਿਲਾਂ ਸਤਿਗੁਰ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਲਾਈਏ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਬੁਲਾ ਕੇ ਆਪਣੀ ਰਸਨਾ ਜੀਵਾ ਮੁਖ ਪਵਿੱਤਰ ਕਰੀਏ ਸਾਰੀ ਸੰਗਤ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧੂਆਂ ਦੀ ਦੁਨੀਆ ਦੇ ਵਿੱਚੋਂ ਉਹਨਾਂ ਦੇ ਪਾਵਨ ਅਸਥਾਨਾਂ ਤੇ ਸਾਡੇ ਮਾਤਾ ਜੀ ਸਾਡੇ ਅਤੀ ਸਤਿਕਾਰਯੋਗ ਮਾਂ ਮਾਤਾ ਤੇਜ ਕੌਰ ਜੀ ਜਿਨ੍ਹਾਂ ਨੇ ਪਾਵਨ ਅਸਥਾਨਾਂ ਤੇ ਬੜੀ ਸ਼ਰਧਾ ਤੇ ਬੜੇ ਪਿਆਰ ਦੇ ਨਾਲ ਮਨਾਇਆ ਜਾ ਰਿਹਾ ਹੈ ਆਪ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਸੋ ਗੁਰਮੁਖ ਪਿਆਰਿਓ ਸਾਧੂ ਇਹ ਸੰਸਾਰ ਦੇ ਭਲੇ ਵਾਸਤੇ ਹੀ ਸੰਸਾਰ ਤੇ ਹੁੰਦੇ ਉਸ ਰੱਬ ਦੇ ਨਾਲ ਜੋੜਨ ਦੇ ਵਾਸਤੇ ਆਉਂਦੇ ਹੈ ਇਸ ਟੁੱਟੇ ਹੋਏ ਮਨਾਂ ਨੂੰ ਜੋੜਨ ਦੇ ਵਾਸਤੇ ਸੰਸਾਰ ਤੇ ਆਉਂਦੇ ਹੈ ਜਾ ਇਹ ਕਹੀਏ ਕਿ ਖੁਦ ਪਰਮੇਸ਼ਰ ਖੁਦ ਰੱਬ ਸਾਧੂਆਂ ਦਾ ਰੂਪ ਲੈ ਕੇ ਸੰਸਾਰ ਤੇ ਆਉਂਦਾ ਇਹ ਸੁੱਤੇ ਹੋਏ ਸੰਸਾਰ ਨੂੰ ਜਗਾਉਣ ਦੇ ਵਾਸਤੇ ਸਾਡੇ ਸੁੱਤੇ ਹੋਏ ਮਨਾਂ ਨੂੰ ਜਗਾਉਣ ਦੇ ਵਾਸਤੇ ਕਿ ਸਾਡਾ ਇਹ ਸੰਸਾਰ ਤੇ ਮੇਲ ਮਨੋਰਥ ਕੀ ਹੈ ਕਿ ਸਾਨੂੰ ਇਹ ਮਨੁੱਖਾ ਜਨਮ ਮਿਲਿਆ ਕਾਹਦੇ ਵਾਸਤੇ ਸਿਰਫ ਤੇ ਸਿਰਫ ਸਾਧੂ ਹੀ ਸਾਨੂੰ ਦੱਸਦੇ ਨੇ ਮਨੁੱਖ ਇੰਨਾ ਸੌਂ ਚੁੱਕਿਆ ਇਹਨੂੰ ਪਤਾ ਹੀ ਨਹੀਂ ਮੈਂ ਕਿੱਥੋਂ ਆਇਆ ਕਾਹਦੇ ਵਾਸਤੇ ਆਇਆ ਕਦੋਂ ਜਾਣਾ ਤੇ ਕਿੱਥੇ ਜਾਣਾ ਭੁੱਲ ਗਿਆ ਇਹ ਗੁਰਮੁਖ ਪਿਆਰਿਓ ਫਿਰ ਸਾਧੂ ਦੱਸਦੇ ਨੇ ਸਾਧੂਆਂ ਦੀ ਡਿਊਟੀ ਪਰਮੇਸ਼ਰ ਲਾ ਕੇ ਭੇਜਦਾ ਜਾਂ ਇਹ ਕਹਿ ਲਓ ਵੀ ਖੁਦ ਪਰਮੇਸ਼ਰ ਸਾਧੂਆਂ ਦਾ ਰੂਪ ਲੈ ਕੇ ਇਹ ਸੰਸਾਰ ਤੇ ਰੱਬ ਆਪ ਦੁਨੀਆ ਤੇ ਸਾਧੂਆਂ ਦਾ ਰੂਪ ਧਾਰੇ ਰੱਬ ਆਪ ਦੁਨੀਆ ਤੇ ਆਵੇ ਸਾਧੂਆਂ ਦਾ ਰੂਪ ਧਾਰੇ ਰੱਬ ਆਪ ਦੁਨੀਆ ਤੇ ਆਵੇ ਸਾਧੂਆਂ ਦਾ ਰੂਪ ਧਾਰੇ ਸਾਧੂਆਂ ਦਾ ਰੂਪ ਧਾਰ ਕੇ
ਸਾਧਨਾ ਦਾ ਰੂਪ ਧਾਰ ਕੇ ਰੱਬ ਹੁੰਦਾ ਸੰਸਾਰ ਤੇ। ਇਸੇ ਕਰਕੇ ਇਹ ਜਿਹੜਾ ਭੁੱਲਿਆ ਸੰਸਾਰ ਹੈ ਨਾ, ਸਮਝਾ ਵੀ ਇਹਨੂੰ ਰੱਬ ਹੀ ਸਮਝਦਾ। ਭੁੱਲੇ ਹੋਏ ਬੰਦੇ ਨੂੰ ਕੌਣ ਸਮਝਾ ਸਕਦਾ? ਕੋਈ ਵੀ ਉਹਨੂੰ ਜੇ ਸਮਝਾ ਸਕਦਾ, ਖੁਦ ਰੱਬ ਹੀ ਸਮਝਾ ਸਕਦਾ ਗੁਰਮੁਖ ਪਿਆਰੇ। ਨਹੀਂ ਤਾਂ ਤੁਸੀਂ ਜਿਹਦੇ ਨਾਲ ਮਰਜ਼ੀ ਗੱਲ ਕਰ ਲਓ, ਰੱਬ ਬਾਰੇ, ਪਰਮੇਸ਼ਰ ਦੇ ਸਿਮਰਨ ਬੰਦਗੀ ਬਾਰੇ। ਹਰ ਇਨਸਾਨ ਕਹਿੰਦਾ ਮੈਥੋਂ ਜ਼ਿਆਦਾ ਸਿਆਣਾ ਨਹੀਂ ਕੋਈ ਕਿਸੇ ਨੂੰ ਸਮਝਾ ਸਕਦਾ, ਕਿਉਂਕਿ ਹਰ ਕੋਈ ਗਿਆਨੀ ਹੈ, ਹਰ ਕੋਈ ਸਿਆਣਾ ਨਹੀਂ ਸਮਝਦਾ। ਪਰ ਗੁਰਮੁਖ ਪਿਆਰੇ ਜਦੋਂ ਖੁਦ ਰੱਬ ਸਮਝਾਉਂਦਾ ਹੈ ਨਾ, ਉਹਦਾ ਸਮਝਾਉਣ ਦਾ ਫਿਰ ਤਰੀਕਾ ਵੱਖਰਾ ਹੈ। ਉਹ ਫਿਰ ਸਾਧੂਆਂ ਦੇ ਰੂਪ ਦੇ ਵਿੱਚ ਆ ਕੇ ਸਮਝਾਉਂਦਾ। ਜਦੋਂ ਕੋਈ ਸਾਧੂ ਕਿਸੇ ਨੂੰ ਸਮਝਾਉਂਦਾ ਹੈ, ਫਿਰ ਗੁਰਮੁਖ ਪਿਆਰੇ ਅੰਦਰ ਦੇ ਕਪਾਟ ਖੋਲ ਕੇ ਰੱਖ ਦਿੰਦਾ ਸਾਧੂ। ਉਸੇ ਦਾ ਨਾਂ ਹੀ ਸਾਧੂ ਹੈ ਜਿਹੜਾ ਰੱਬ ਨਾਲ ਕਿਸੇ ਨੂੰ ਜੋੜ ਦੇ। ਜਿਹੜਾ ਕੋਈ ਆਪਣੇ ਨਾਲ ਜੋੜਦਾ ਹੈ ਨਾ, ਉਹ ਨਹੀਂ ਸਾਧੂ। ਜਿਹੜਾ ਰੱਬ ਨਾਲ ਜੋੜਦਾ ਉਹ ਸਾਧੂ ਹੈ। ਹੋ ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜ ਦੇ। ਸਾਧੂਆਂ ਨੂੰ ਕਹਿੰਦੇ ਨੇ ਧੰਨ 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 ਜਾਣਾ। ਇੱਕ ਵਾਰੀ ਧੰਨ ਨਹੀਂ, ਤਿੰਨ ਵਾਰੀ ਧੰਨ ਕਹਿੰਦੇ।
ਪਹਿਲਾ ਧੰਨ ਸਾਧੂ ਦਾ ਇਹ ਸੰਸਾਰ ਤੇ ਆਉਣਾ ਧੰਨ, ਦੂਜਾ ਧੰਨ ਸਾਧੂ ਦਾ ਇਹ ਸੰਸਾਰ ਤੇ ਰਹਿਣਾ ਧੰਨ, ਕਿਉਂਕਿ ਉਹ ਰਹਿੰਦਾ ਵੀ ਨਾਮ ਜਪਾਉਂਦਾ, ਉਹ ਟੁੱਟੀਆਂ ਰੂਹਾਂ ਨੂੰ ਰੱਬ ਨਾਲ ਜੋੜਦਾ। ਤੀਜਾ ਧੰਨ ਹੈ ਗੁਰਮੁਖ ਪਿਆਰਿਓ, ਜਦੋਂ ਇਹ ਸੰਸਾਰ ਤੋਂ ਸਾਧੂ ਜਾਂਦਾ ਉਹਦਾ ਇਹ ਸੰਸਾਰ ਤੋਂ ਜਾਣਾ ਵੀ ਧੰਨ, ਉਹਦੇ ਜਾਣ ਤੋਂ ਬਾਅਦ ਵੀ ਗੁਰਮੁਖ ਪਿਆਰਿਓ ਦੀ ਯਾਦ ਚ ਮੇਲੇ ਜਾਂਦੇ। ਕਈ ਵਾਰੀ ਅਸੀਂ ਸੋਚਦੇ ਹਾਂ ਕਿ ਸਾਧੂ ਚਲਾ ਗਿਆ, ਸਾਧੂ ਪਰ ਜਾਂਦਾ ਨਹੀਂ, ਕਿਉਂਕਿ ਸਾਧੂ ਨੇ ਜਿਹੜੇ ਉਹ ਗੁਰਮੁਖ ਪਿਆਰਿਓ ਜਨਮ ਮਰਨ ਤੋਂ ਬਾਹਰੇ ਨੇ। ਜਨਮ ਮਰਨ ਦੋਹੋਂ ਮੈਂ ਨਾਹੀ, ਜਨਮ ਪਰ ਉਪਕਾਰੀ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਧੂ ਸਦਾ ਜਿਉਂਦੇ ਨੇ, ਸਾਧੂ ਸਦਾ ਜਿਉਂਦੇ ਨੇ, ਮਰਦਾ ਫਿਰ ਕੌਣ ਹੈ? ਮਰਦੇ ਨੇ ਸਾਡੇ ਵਰਗੇ ਜਿਹੜੇ ਰੱਬ ਨਾਲ ਨਹੀਂ ਜੁੜਦੇ। ਸਾਨੂੰ ਗੁਰਬਾਣੀ ਚ ਸਾਕਤ ਕਿਹਾ, ਸਾਕਤ ਜਿਹੜੇ ਰੱਬ ਨੂੰ ਸਿਮਰਦੇ ਨਹੀਂ, ਗੁਰਮੁਖ ਪਿਆਰਿਓ ਯਾਦ ਨਹੀਂ ਕਰਦੇ, ਜੁੜਨ ਦਾ ਯਤਨ ਨਹੀਂ ਕਰਦੇ ਰੱਬ ਨੂੰ। ਸਾਧੂ ਜਿਉਂਦੇ ਨੇ, ਸਾਧੂ ਸਦਾ ਜਿਉਂਦੇ ਨੇ, ਸਾਕਤ ਹੀ ਜੰਮਦੇ ਤੇ ਮਰਦੇ, ਸਾਧੂ ਸਦਾ ਜਿਉਂਦੇ ਨੇ, ਸਾਕਤ ਹੀ ਜੰਮਦੇ ਤੇ ਮਰਦੇ, ਸਾਧੂ ਸਦਾ ਜਿਉਂਦੇ ਨੇ, ਸਾਕਤ ਹੀ ਜੰਮਦੇ ਤੇ ਮਰਦੇ, ਸਾਧੂ ਸਦਾ ਜਿਉਂਦੇ। ਸਾਖਤ ਹੀ ਜਮਦੇ ਤੇ ਮਰ।